ਬਚਪਨ ਤੋਂ ਹੀ ਮੇਰੇ ਮਦਰ ਬਹੁਤ ਜ਼ਿਆਦਾ ਪੋਜ਼ਿਟਿਵ ਆ ਅਤੇ ਮੈਂ ਵੀ ਤਾਂ ਕਰਕੇ ਬਹੁਤ ਜ਼ਿਆਦਾ ਪੋਜ਼ਿਟਿਵ ਹੁੰਦੀ ਸੀਗੀ। ਆਪਣੇ ਸਭ ਦੀਆਂ ਜ਼ਿੰਦਗੀ ਦੇ ਵਿੱਚ ਕੁਝ ਕੁ ਨਿੱਜੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਕਰਕੇ ਇਨਸਾਨ ਉਹ ਨਹੀਂ ਰਹਿੰਦਾ ਹੈਗਾ। ਮੇਰੇ ਨਾਲ ਵੀ ਕੁਝ ਸਮਾਂ ਪਹਿਲਾਂ ਇੱਦਾਂ ਦਾ ਕੁਝ ਹੋਇਆ ਸੀਗਾ ਜਿਹਨੇ ਮੇਰੇ ਵਿੱਚ ਕਾਫ਼ੀ ਜ਼ਿਆਦਾ ਬਦਲਾਅ ਲੈ ਕੇ ਆਉਂਦੇ। ਮੈਂ ਸਭ ਨਾਲ ਬੁਲਾਉਣਾ ਛੱਡਤਾ ਸੀਗਾ, ਕਿਸੇ ਨਾਲ ਬੋਲਦੀ ਨਹੀਂ ਸੀ ਹੁੰਦੀ, ਕਾਫ਼ੀ ਘੱਟ ਬਾਹਰ ਜਾਂਦੀ ਹੁੰਦੀ ਸੀਗੀ। ਅਤੇ ਮੈਂ ਇਹ ਚੀਜ਼ ਸੋਚ ਕੇ ਆਈ ਸੀਗੀ ਵੀ ਜੇ ਮੈਂ ਇਹ ਸੈਮੀਨਾਰ ਅਟੈਂਡ ਕਰੂੰਗੀ ਤਾਂ ਸ਼ਾਇਦ ਮੇਰੇ ਵਿੱਚ ਕੋਈ ਪੋਜ਼ਿਟਿਵ ਚੇਂਜ ਆਊਗਾ। ਅਤੇ ਸੈਮੀਨਾਰ ਅਟੈਂਡ ਕਰਨ ਤੋਂ ਬਾਅਦ ਮੈਨੂੰ ਸੱਚੀ ਲੱਗਿਆ ਵੀ ਹਾਂ, ਪੋਜ਼ਿਟਿਵ ਚੇਂਜ ਆਇਆ ਅਤੇ ਮੈਨੂੰ ਲੱਗਦਾ ਅੱਜ ਮੈਂ ਬਹੁਤ ਸਮੇਂ ਬਾਅਦ ਬੋਲ ਰਹੀ ਹਾਂ ਅਤੇ ਬਹੁਤ ਸਮੇਂ ਬਾਅਦ ਖੁੱਲ੍ਹ ਕੇ ਹੱਸੀ ਹਾਂ। ਅਤੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਵਾਪਸ ਉੱਥੇ ਲੈ ਕੇ ਆਉਂਦਾ। ਪੋਜ਼ਿਟਿਵ ਚੇਂਜ, ਜਿਵੇਂ ਭੈਣ ਨੇ ਕਿਹਾ, ਪੋਜ਼ਿਟਿਵ ਚੇਂਜ ਕਾਫ਼ੀ ਵੱਡੀ ਗੱਲ ਹੋ ਜਾਂਦੀ ਹੈ। ਤੁਹਾਡਾ ਨਜ਼ਰੀਆ ਜ਼ਿੰਦਗੀ ਦੇ ਪ੍ਰਤੀ ਜਦੋਂ ਪੋਜ਼ਿਟਿਵ ਹੋ ਜਾਂਦਾ ਨਾ, ਤਾਂ ਸਭ ਕੁਛ ਫਿਰ ਦਿਖਦਾ ਵੀ ਇਹਦਾ ਵੀ ਹੱਲ ਕੱਢ ਲਓ, ਇਹਦਾ ਵੀ ਹੱਲ ਕੱਢ ਲਓ। ਜੇ ਤੁਸੀਂ ਵੀ ਜ਼ਿੰਦਗੀ ਥੋੜ੍ਹੇ ਸਟੱਕ ਫੀਲ ਕਰ ਰਹੇ ਹੋ, ਪਰੇਸ਼ਾਨੀ ਆ ਰਹੀ ਹੈ, ਦਿੱਕਤ ਹੈਗੀ ਆ, ਤਾਂ ਈਵੈਂਟ 'ਤੇ ਜ਼ਰੂਰ ਆਇਓ, ਕਿਉਂਕਿ ਤੁਹਾਨੂੰ ਡੈਫੀਨੇਟਲੀ ਮੈਂ ਗਰੰਟੀ ਦਿੰਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈਣਾ ਅਤੇ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਤੁਹਾਡਾ ਪੋਜ਼ਿਟਿਵ ਹੋਊਗਾ ਅਤੇ ਜ਼ਿੰਦਗੀ ਹੋਰ ਜ਼ਿਆਦਾ ਖੁਸ਼ਹਾਲ ਹੋਊਗੀ।